ਦੂਰ ਹੁੰਦਾ ਪਰ ਲੰਮੀ ਜ਼ਿੰਦਗੀ ਕਦੇ ਨਹੀਂ ਭੋਗ ਸਕਦਾ। ਮਾੜੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ ਤੇ ਮੱਖਣ ਬਰਾੜਾ ਜੇ ਕਤਲ ਵੀ ਕਰਨ ਦੋਵੇਂ ਤੇ ਨਾਲ ਜੱਟ ਦੇ ਮਜ਼ਬੀ ਜ਼ਰੂਰ ਹੁੰਦਾ। ਹੋਰ ਨਾ ਜੀ ਜੋਟੀ ਜੋਟੀ ਬਣਾ ਲਓ ਕਿਤੇ ਇਹੀ ਕੰਮ ਕਰ ਰਹੀ ਹੈ ਬੱਬੀ ਵਾਲੇ ਆਹ ਕੰਮ ਨਾ ਕਰੇ ਜੇ ਬਾਕੀ ਜੋ ਮਰਜ਼ੀ ਹੋ ਜਾਏ। ਠੀਕ ਠਾਕ ਹੋ ਵੈਲਕਮ ਜੀ ਆਇਆਂ ਨੂੰ। ਹਰ ਲੀਡਰ ਕਹਿੰਦਾ ਫਿਰਦਾ ਕਿ ਮੁਲਕ ਚੋਂ ਗਰੀਬੀ ਅਸੀਂ ਕੱਢ ਦਿਆਂਗੇ। ਹਰ ਲੀਡਰ ਕਹਿੰਦਾ ਫਿਰਦਾ ਕਿ ਮੁਲਕ ਚੋਂ ਗਰੀਬੀ ਅਸੀਂ ਕੱਢ ਦਿਆਂਗੇ। ਮੁਲਾਜ਼ਮ ਜੋ ਵੱਢੀ ਖਾਣਗੇ ਪੁਰਸ ਦੀ ਵਹਿਮ 'ਚ ਲੱਦ ਦਿਆਂਗੇ। ਘਰ ਦੀ ਜੋ ਕੱਢ ਕੇ ਪੀਣਗੇ ਭੱਠੀ ਚੱਕ ਕੇ ਧਰਤੀ 'ਚ ਕੱਢ ਦਿਆਂਗੇ। ਮੱਖਣ ਬਰਾੜ ਨੇ ਅੱਗੋਂ ਜਵਾਬ ਦਿੱਤਾ ਅਸੀਂ ਇਹਨਾਂ ਚੀਜ਼ਾਂ ਦਾ ਫਾਹਾ ਹੀ ਵੱਢ ਦਿਆਂਗੇ। ਤੁਸੀਂ ਛੱਡ ਦਿਓ ਲੋਕਾਂ ਦਾ ਲਹੂ ਪੀਣਾ ਦਾਰੂ ਪੀਣੀ ਦਾ ਅਸੀਂ ਵੀ ਛੱਡ ਦਿਆਂਗੇ। ਖੁਸ਼ੀ ਵਿੱਚ ਤਾਂ ਪੀਂਦੇ ਮੈਂ ਲੋਕ ਵੇਖੇ ਪਰ ਪੀਂਦਾ ਉਹ ਵੀ ਘਰੋਂ ਜੋ ਤੰਗ ਹੁੰਦਾ ਤੇ ਪੈਸੇ ਵਾਲਿਆਂ ਨੂੰ ਚੜ੍ਹਦੀ ਨਹੀਂ ਦਾਰੂ ਤੇ ਚੜ੍ਹਦੀ ਉਹਨੂੰ ਆ ਜਿਹੜਾ ਮਲੰਗ ਹੁੰਦਾ। ਪੈਸੇ ਵਾਲਿਆਂ ਨੂੰ ਚੜ੍ਹਦੀ ਨਹੀਂ ਦਾਰੂ ਤੇ ਚੜ੍ਹਦੀ ਉਹਨੂੰ ਆ ਜਿਹੜਾ ਮਲੰਗ ਹੁੰਦਾ ਤੇ ਮੱਖਣ ਬਰਾੜ ਜੇ ਲਿਖਦਾ ਤਾਂ ਲਿਖੀ ਜਾਵੇ ਪਰ ਠੇਕੇ ਕੋਲ ਦੀ ਸਾਥੋਂ ਨਹੀਂ ਲੰਘ ਹੁੰਦਾ। ਖਾਤਰ ਅਣਖ ਤੇ ਸੱਚ ਲਈ ਮਰਨ ਜਿਹੜੇ ਤੇ ਉਹ ਸੂਰਮੇ ਮਰਦ ਦਲੇਰ ਹੁੰਦੇ ਤੇ ਪੀ ਕੇ ਮੁਫਤ ਦੀ ਘਰੇ ਖਰੂਦ ਪਾਉਂਦੇ ਉਹ ਤਾਂ ਮਿੱਤਰ ਉਹ ਮਿੱਟੀ ਦੇ ਸ਼ੇਰ ਹੁੰਦੇ। ਕੀ ਵੇਖਣਾ ਇਹ ਭੇਡਾਂ ਤੇ ਬੱਕਰੀਆਂ ਦਾ ਵੇਖਣ ਵਾਲੇ ਤਾਂ ਸਾਨਾਂ ਦੇ ਭੇਡ ਹੁੰਦੇ ਤੇ ਮੱਖਣ ਬਰਾੜਾ ਜੇ ਖਾਣ ਨੂੰ ਮਿਲੇ ਮੁਰਗਾ ਤੇ ਕਿੱਥੋਂ ਦਾਣਾ ਹੱਥ ਰਵੇੜ ਹੁੰਦੇ। ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ।